ਜਿਹੜੇ ਕਿ ਨਜਾਇਜ਼ ਬਿਲਡਿੰਗਾਂ ਬਣੀਆਂ ਵਾ ਅਤੇ ਜਿਹੜੇ ਉੱਥੇ ਕਈ ਬਿਲਡਿੰਗਾਂ ਦੇ ਉੱਤੇ ਕਲੋ ਕਿ ਨਗਰ ਨਿਗਮ ਵੱਲੋਂ ਮਤਲਬ ਕਿ ਉਹਨੂੰ ਸੀਲ ਵੀ ਕੀਤੇ ਗਏ ਤਾਂ ਉਸ ਸੰਬੰਧੀ ਹੋਰ ਵੀ ਸ਼ਹਿਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਬਣੀਆਂ ਪਈਆਂ ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਦੇਖੋ, ਜਿਹੜੀ ਵੀ ਨਜਾਇਜ਼ ਬਿਲਡਿੰਗਸ ਸ਼ਹਿਰ 'ਚ ਜਿਹਨਾਂ ਦੇ ਪੇਪਰ ਵਰਕ ਕੰਪਲੀਟ ਨਹੀਂ ਹੈਗਾ ਪੁਰਾਣੀਆਂ, ਠੀਕ ਹੈ, ਅਤੇ ਜਾਂ ਫਿਰ ਜਿਹੜਾ ਕੋਈ ਬੰਦਾ ਪਿਆ, ਠੀਕ ਹੈ, ਵੀ ਆਰ ਗੋਇੰਗ ਟੂ ਟੇਕ ਸਟ੍ਰਿਕਟ ਐਕਸ਼ਨ ਔਨ ਦੈਮ। ਅਤੇ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਕਿ ਤੁਹਾਡੇ ਗੁਆਂਢ 'ਚ ਜੇ ਕੋਈ ਤੁਹਾਨੂੰ ਲੱਗਦਾ ਹੈ ਕੋਈ ਬਿਲਡਿੰਗ ਇਲੀਗਲ ਬਣ ਰਹੀ ਹੈਗੀ ਹੈ, ਕਾਇੰਡਲੀ ਸਾਡੇ ਧਿਆਨ 'ਚ ਲਾਓ। ਸਾਡੇ ਇੰਸਪੈਕਟਰਸ ਜਾ ਕੇ ਸਰਵੇ ਕਰਦੇ ਹੈ, ਬਟ ਪਬਲਿਕ ਪਾਰਟੀਸਪੇਸ਼ਨ ਇਹ 'ਚ ਬਹੁਤ ਇੰਪੋਰਟੈਂਟ ਹੈਗੀ ਹੈ। ਤੁਸੀਂ ਸਾਨੂੰ ਇਸ ਦੇ ਧਿਆਨ 'ਚ ਲਿਆਓ ਅਤੇ ਉਸ 'ਤੇ ਆਪਾਂ ਕਾਰਵਾਈ ਕਰਾਂਗੇ। ਸਰ, ਜੇ ਗੱਲ ਕੀਤੀ ਜਾਵੇ ਜਿਹੜਾ ਕਿ ਨਗਰ ਨਿਗਮ ਵਿੱਚ ਮਤਲਬ ਕਿ ਪਬਲਿਕ ਜਿਹੜੇ ਕਿ ਕਈ ਕੰਪਲੇਂਟ ਦੇ ਵੀ ਦਿੰਦੇ ਹਨ ਲੀਗਲ ਬਿਲਡਿੰਗਾਂ ਦੇ ਉੱਤੇ, ਬਟ ਐਕਸ਼ਨ ਉਦੋਂ ਹੀ ਕਦੋਂ ਆਉਂਦਾ ਹੋਇਆ ਜਾਂਦਾ ਵਾ ਜਦੋਂ ਕਿ ਕੋਰਟ ਦੇ ਨੋਟਿਸ ਆਉਂਦੇ ਨਗਰ ਨਿਗਮ ਨੂੰ, ਉਦੋਂ ਹੀ ਹਰਕਤ 'ਚ ਕਿਉਂ ਆਉਂਦੀ ਹੈ ਨਗਰ ਨਿਗਮ? ਦੇਖੋ, ਜਿਹੜੇ ਐਕਸ਼ਨ ਹੈਗੇ ਆ ਨੋਟਿਸ ਜਾਰੀ ਕੀਤੇ ਜਾਂਦੇ ਆ, ਇਹ ਇਟ ਇਜ਼ ਨੋਟ ਡਿਪੈਂਡੈਂਟ ਔਨ ਕਿ ਜਦੋਂ ਕੋਰਟ ਦਾ ਨੋਟਿਸ ਆਏਗਾ, ਠੀਕ ਹੈ। ਜਿਹੜੀ ਬਿਲਡਿੰਗ ਵੀ ਆਪਾਂ ਸੀਲ ਕੀਤੀ ਹੈ ਉਹ ਵੀ ਆਪਾਂ ਆਲਰੇਡੀ ਉਸ 'ਤੇ ਕਾਰਵਾਈ ਆਪਾਂ ਚੱਲ ਰਹੇ ਸੀਗੇ, ਉਹਦੀ ਸੀਲਿੰਗ ਹੁਣ ਹੋਈ ਹੈ, ਬਟ ਉਸ ਤੋਂ ਪਹਿਲਾਂ ਇੱਕ ਪ੍ਰੋਸੀਜਰ ਹੁੰਦਾ, ਆਪਾਂ ਨੋਟਿਸਿਸ ਦਿੰਦੇ ਹਾਂ। ਅਤੇ ਕੋਈ ਵੀ ਜੇ ਬਿਲਡਿੰਗ ਇਲੀਗਲ ਬਣੀ ਹੈ, ਫਸਟ ਪ੍ਰੋਸੀਜਰ ਇਸ ਕਿ ਉਹਨੂੰ ਨੋਟਿਸ ਦੇਵਾਂਗੇ। ਜੇ ਉਹ ਬੰਦਾ ਨਹੀਂ ਸੁਣਦਾ ਉਸ ਤੋਂ ਬਾਅਦ ਵੀ ਕੰਮ ਨਹੀਂ ਰੋਕਦਾ, ਦੈਨ ਉਸ 'ਤੇ ਸੀਲਿੰਗ ਜਾਂ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਜਾਂਦੀ ਹੈ। ਅਤੇ ਜੋ ਵੀ ਇਹੋ ਜਿਹੀ ਕੋਈ ਬਿਲਡਿੰਗ ਹੈਗੀ ਹੈ ਉਸ 'ਤੇ ਕਾਰਵਾਈ ਕੀਤੀ ਜਾਵੇ। ਸਰ, ਸ਼ਹਿਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਇਹ ਵੀ ਰਿਹਾ ਕਿ ਪਿਛਲੇ ਪੋਲੀਟੀਕਲ ਪ੍ਰੈਸ਼ਰ ਹੇਠ ਉਹ ਬਿਲਡਿੰਗ ਦੇ ਉੱਤੇ ਕਾਰਵਾਈ ਨਹੀਂ ਕੀਤੀ, ਤਾਂ ਹੁਣ ਹੀ ਜਦੋਂ ਸਰਕਾਰ ਚੇਂਜ ਹੋਈ ਹੁਣ ਹੀ ਸੀਲ ਕਿਉਂ ਕੀਤੀ ਗਈ? ਦੇਖੋ, ਉਸ ਨੂੰ ਬਿਲਡਿੰਗ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਉਸ ਬਿਲਡਿੰਗ ਨੂੰ ਨੋਟਿਸਿਸ ਪਹਿਲਾਂ ਵੀ ਦਿੱਤੇ ਗਏ ਹੈਗੇ ਆ, ਠੀਕ ਹੈ। ਇਟ ਇਜ਼ ਨੋਟ ਰਿਲੇਟਡ ਟੂ ਦ ਗਵਰਨਮੈਂਟ, ਇਹ ਲੋਕਲ ਬਾਡੀ ਦਾ ਕੰਮ ਹੈ ਅਤੇ ਆਪਾਂ ਦਾ ਕੰਮ ਕਰ ਰਹੇ ਹਾਂ। ਕੀ ਕਾਰਨ ਸੀ ਕਿਹੜੇ ਨਾਂ ਤੇ ਸੀ ਬਿਲਡਿੰਗ? ਵਿਸ਼ਾਲ ਭਾਰਤ। ਅੱਛਾ, ਉਹਨਾਂ ਦੇ ਸੀ। Subscribe to our YouTube channel News DNN by clicking the bell icon. Don't forget to like, comment and share.